ਸਾਡੇ ਕਿਸਾਨਾਂ ਦਾ ਖਤਮ ਕਰਤਾ। ਅੱਛਾ ਆਪਣੇ ਸਮਰਾਲਾ ਹਲਕੇ। ਹਾਂ ਇਹ ਵੈਸੇ ਇਹਨੂੰ ਖਾਣਾ ਨਹੀਂ ਚਾਹੀਦਾ ਸੀ। ਠੀਕ ਹੈ ਠੀਕ ਹੈ। ਬਾਕੀ ਤੁਸੀਂ ਇਹਨੂੰ ਖਾਣਾ ਨਹੀਂ ਚਾਹੀਦਾ ਸੀ। ਕਿਸ ਤਰ੍ਹਾਂ ਦੇਖਦੇ ਹੋ ਫਿਰ ਇਹ? ਪਹਿਲਾਂ ਤਾਂ ਲੋਕਾਂ ਦੀ ਖਾਸੀ ਆਵਾਜ਼ ਉੱਠੀ ਹੋਈ ਸੀ। ਉਹ ਉੱਠੀ ਤਾਂ ਸੀਗੀ ਪਰ ਹੁਣ ਅਸੀਂ ਜੀਰੋ ਕਰਤੇ ਕਿਸਾਨ। ਅੱਛਾ ਹੋਰ ਪਹਿਲਾਂ ਤਾਂ ਜਨੂਨੀ ਉਹਨਾਂ ਨੂੰ ਕਹਿੰਦਾ ਤੁਸੀਂ ਇਹ ਕੰਮ ਨਾ ਕਰੋ, ਉਹਨਾਂ ਨੂੰ 15 ਦਿਨ ਤਸੀਫਾ ਦਵਾਉਂਦਾ ਵੀ ਬਾਹਰ ਨਿਕਲ ਜਾਓ। ਅੱਜ ਉਹਨਾਂ ਨੂੰ ਹੁਣ ਅੱਜ ਆਪ ਖੜਦੇ ਨੇ ਮੂਹਰੇ, ਕੀ ਕਰੇਗਾ ਲੋਕਾਂ ਦਾ। ਠੀਕ ਹੈ। ਆ ਬਾਕੀ ਤੁਹਾਡੇ ਆਪਣੇ ਜਿਸ ਤਰ੍ਹਾਂ ਸਟਿੱਕਰ ਲੱਗਿਆ ਹੋਇਆ ਕਿਸਾਨੀ ਅੰਦੋਲਨ ਦਾ? ਹਾਂ ਹਾਂ ਲਾਇਆ ਹੋਇਆ ਜੀ। ਹਾਂ ਹਾਂ ਉਹ ਲਾਇਆ ਹੋਇਆ ਸੀ, ਸਾਡੇ ਚੋਂ ਬੰਦਾ ਕੋਈ ਨਹੀਂ ਖੜਾ। ਅਸੀਂ ਇਹਨੂੰ ਸਮਰਥ ਨਹੀਂ ਦਿੱਤਾ ਲੋਕਾਂ ਨੇ ਇਹਨੂੰ, ਆਪਣੇ ਬਲਵੀਰ ਸਿੰਘ ਰਾਜੇਵਾਲ ਨੂੰ। ਹਾਂ ਐਵੇਂ ਤੈਨੂੰ ਕਹੀਏ ਕੱਲ ਨੂੰ ਅਗਲਾ ਸਾਡੀ ਆਸ ਚੱਕੇ। ਹਾਂ ਹਾਂ ਅਸੀਂ ਦੀ ਨਾ ਕੁੜੀ। ਹਾਂ ਅਸੀਂ ਨਹੀਂ ਇਹ ਕੰਮ ਕਰਦੇ ਹੈਗੇ ਜਿੰਨੇ, ਅਸੀਂ ਤਾਂ ਖੰਨੇ ਬੈਠੇ ਰਹੇ 15 ਮਹੀਨੇ। ਅਸੀਂ ਤਾਂ ਪਹਿਲਾਂ ਵੀ ਸਾਡੇ ਪ੍ਰਧਾਨ ਕਹਿੰਦੇ ਵੀ ਖਾਣਾ ਨਹੀਂ ਗਾ, ਸਾਡੀ ਕਿਸਾਨ ਮਜ਼ਦੂਰ ਸਿੰਘ ਐਸੋਸੀਏਸ਼ਨ ਅਸੀਂ ਜਾਣੀ ਹੁਣ ਰਜਿਸਟਰ ਹੈ ਸਾਡੀ ਯੂਨੀਅਨ। ਠੀਕ ਆ ਜੀ। ਨਾਲੇ ਉਹ ਆਪਣੇ ਊਂ ਤਾਂ ਇਹਨਾਂ ਨੂੰ 20 ਕਹਿੰਦੇ, ਇਹ ਆਪਣੇ ਗੱਲ ਕਰਦੇ ਨੇ ਵੀ 20 ਜਥੇਬੰਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦਾ ਸਮਰਥਨ ਆ? ਨਹੀਂ ਉਹ ਕਾਹਨੂੰ, ਇਹ ਤਾਂ ਬਸ ਕੁਛ ਨਾ ਸਮਰਥਨ ਕੀ ਕਰੋਗੇ? ਹਾਂ ਸਮਰਥਨ ਕਰਕੇ ਕੀ ਕਰੋਗੇ? 10 ਪਾਟ ਕੇ ਕਿਸਾਨੀ ਖਤਮ ਕਰਤੀ, ਅਜੇ ਤਾਂ ਸਾਡੇ MSP ਨਹੀਂ ਉਹ ਪੂਰੀ ਲਾਗੂ ਹੋਈ। ਅੱਛਾ ਉਹ ਅਗਰਾਹਾਂ ਸਾਹਿਬ ਨੂੰ ਕਿਸ ਤਰ੍ਹਾਂ ਦੇ? ਉਹ ਕਹਿੰਦਾ ਮੈਂ ਨਹੀਂ ਇਸ ਵਿੱਚ ਖੜਨਾ, ਦਲਿਆਲ ਕਹਿੰਦਾ ਹੋਰ ਜਿੰਨੇ ਹੈਗੇ 10-12 ਅਸੀਂ ਨਹੀਂ ਕਹਿੰਦੇ ਖੜਨਾ। ਉਹਨਾਂ ਦਾ ਠੀਕ ਹੈ ਫਿਰ ਉਹ ਮਤ? ਉਹ ਤਾਂ ਆਮ ਆਦਮੀ ਨੂੰ ਦੇਣਗੇ ਜੀ, ਦੇਣਗੇ ਸਮਰਥਨ। ਅੱਛਾ ਮੈਨੂੰ ਦੱਸਤਾ ਮੈਂ। ਠੀਕ ਹੈ ਠੀਕ ਹੈ। ਚਲੋ ਸ਼ੁਕਰੀਆ ਬਾਬਾ ਜੀ, ਬਹੁਤ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਅੱਛਾ ਬਾਈ ਜੀ ਆਪਾਂ ਗੱਲ ਕਰੀਏ, ਇਹਨਾਂ ਦੀ ਵੀ ਸੋਚ ਇਹ ਸੀ ਵੀ ਅਸੀਂ ਪੰਜਾਬ ਦੇ ਵਿੱਚ ਸੁਧਾਰ ਕਰਾਂਗੇ, ਪੰਜਾਬ ਦੇ ਵਿੱਚ ਬਦਲਾਅ ਕਰਾਂਗੇ, ਜਿਵੇਂ ਕਿਸਾਨਾਂ ਦੀ ਪਾਰਟੀ ਵੀ ਕਹਿ ਰਹੀ ਸੀ ਇਹ ਜਿਹੜੀ ਆਪਣੇ ਸੰਯੁਕਤ ਸਮਾਜ ਮੋਰਚਾ ਜਿਹੜਾ ਬਣਾਇਆ ਹੈ। ਹਾਂ ਹਾਂ ਆਹੋ ਆਹੋ ਚਲੋ ਮਿਹਨਤ ਇਹ ਵੀ ਜਾਣਦੀ ਇਹਨਾਂ ਨੂੰ, ਆਹ ਇਲੈਕਸ਼ਨ ਦੇ ਵਿੱਚ ਨਹੀਂ ਆਉਣਾ ਚਾਹੀਦਾ ਆਪਣਾ, ਜਾਣਦੀ ਤੁਹਾਡੇ ਮੁਤਾਬਕ ਜਾਣਦੀ ਆਪਣਾ ਪ੍ਰੈਸ਼ਰ ਗਰੁੱਪ ਬਣਾ ਕੇ ਰੱਖਦੇ ਲੋਕ ਸਭ ਸਮਝਦੇ ਨੇ ਜਾਣਦੀ ਕਹਿਣ ਦਾ ਮਤਲਬ ਸਮਰਾਲਾ ਫਿਰ ਕਿਹਨਾਂ ਦੇ ਵਿੱਚ ਮੁਕਾਬਲਾ ਲੱਗਦਾ? 1-2 ਸੀਟਾਂ ਜਿਹੜੀਆਂ ਹੈਗੀਆਂ ਨੇ ਸਾਰੇ ਰਹੇ ਨੇ ਪਿੰਡਾਂ ਦੇ ਵਿੱਚ ਕੈਂਡੀਡੇਟ ਹੈ ਰਾਜਾ ਗਿੱਲ ਤੇ ਆਮ ਪਾਰਟੀ।